ਕੀ ਹੁਣ ਜੇ ਉਹ ਕਹਿੰਦਾ ਵੀ ਉਹਨੂੰ ਹੁਣ ਬੁੱਧੀ ਐਂ ਦਿੱਤੀ ਵੀ ਬਾਈ ਇਹਨੂੰ ਗਾਲੀ ਕੱਢਣੀ, ਉਹਨੇ ਗਾਲਾਂ ਕੱਢਣੀਆਂ ਵੀ ਉਹ ਕਹੂਗਾ ਵੀ ਯਾਰ ਇਹੋ ਜਿਹਾ ਨਾ, ਆਪਾਂ ਸਾਰਿਆਂ ਨਾਲ ਖੁਸ਼ ਹਾਂ, ਆਪਾਂ ਨੂੰ ਸਾਰਿਆਂ ਦੀ ਇੱਕੋ ਹੀ ਫੀਲਿੰਗ ਆ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤੁਹਾਡੇ ਨਾਲ ਮੂਸੇ ਵਾਲਾ ਕਿਉਂ ਫਸ ਪੈਂਦਾ ਥੋੜ੍ਹੀ ਥੋੜ੍ਹੀ ਦੇਰ ਬਾਅਦ? ਕਈ ਨੂੰ ਆਦਤ ਹੁੰਦੀ ਹੈ ਵੀ ਕਿਸੇ ਦੇ ਕੰਮ 'ਚ ਟੰਗ ਡਾਉਂਦੀ ਹੈ ਨਾ, ਹੁਣ ਕਿਸੇ ਦੇ ਸਿੱਟਣਾ ਤਾਂ ਕੋਈ ਥੱਲੇ ਡਿੱਗ ਜੂਗਾ। ਹਾਂਜੀ ਹਾਂਜੀ, ਇਹ ਤਾਂ ਬੜਾ ਲੋਕਾਂ ਨੇ ਜ਼ੋਰ ਲਾਇਆ ਹੋਇਆ, ਲੋਕਾਂ ਨੂੰ ਸਿੱਟਣ 'ਤੇ ਵੀ ਅਤੇ ਮੈਨੂੰ ਸਿੱਟਣ 'ਤੇ ਵੀ ਹੈ ਨਾ, ਜਾਂ ਜੋ ਵੀ ਆ, ਪਰ ਮੈਂ ਆਪਦੇ ਮੂੰਹੋਂ ਨਹੀਂ ਕੁਛ ਵੀ ਕਹੂੰਗਾ, ਇਹ ਤਾਂ ਹੁਣ ਲੋਕਾਂ ਦਾ ਫੈਸਲਾ, ਜਿਹਨੂੰ ਜਿੱਦਾਂ ਦਾ ਲੱਗਦਾ ਨਾ। ਪਰ ਤੁਹਾਨੂੰ ਅਸੀਂ ਐਵੇਂ ਸਵਾਦ ਲੈਂਦੇ ਆਪਾਂ, ਬਸ ਨਜ਼ਾਰਾ, ਬਸ ਬਾਬੇ ਦੀ ਕਿਰਪਾ ਚੱਲੀ ਜਾਂਦਾ, ਬਸ ਅਸੀਂ ਤੁਰੇ ਜਾਈਏ ਹੌਲੀ ਹੌਲੀ। ਬਹੁਤ ਲੋਕ ਹੁੰਦੇ ਨੇ ਤੁਹਾਨੂੰ ਜੱਜ ਕਰਦੇ ਨੇ ਵੀ ਇਹ ਬੰਦਾ ਦੇਖਣ ਨੂੰ ਇੱਦਾਂ ਵਾਲਾ ਦਿਖਾ ਨਹੀਂ, ਇਹੋ ਜਿਹਾ ਹੋਊਗਾ, ਪਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਤੁਹਾਡੇ ਨਾਲ ਲਾਈਫ ਦੇ ਵਿੱਚ ਕੀ ਹੋਇਆ ਹੈ। ਬਸ ਜਜਮੈਂਟਲ ਤਾਂ ਹੋਣਾ ਨਹੀਂ ਚਾਹੀਦਾ। ਹਾਂ, ਨਹੀਂ ਹੋਣਾ ਚਾਹੀਦਾ ਜੀ। ਇਹ 'ਤੇ ਵੀ ਮੈਂ ਦੋ ਲਾਈਨਾਂ ਲਿਖੀਆਂ ਸੀ, ਹੋਣ ਦਿਓ। ਕਹਿੰਦਾ ਕੋਈ ਖਾਸ ਏਮ ਨਹੀਂ ਜ਼ਿੰਦਗੀ ਦਾ, ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਭਾਵੇਂ ਕੱਲ੍ਹ ਮਰ ਜਾ, ਮੈਨੂੰ ਖੌਫ ਨਹੀਂ ਬਰਬਾਦੀ ਦਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਜਿਵੇਂ ਬਸ ਤੁਰਿਆ ਜਾਂਦਾ ਟਾਰਗੇਟ ਟੂਰਗੇਟ ਨਹੀਂ ਹੈਗਾ। ਅਸੀਂ ਤਾਂ ਕਹਿੰਦੇ ਵੀ ਤੁਹਾਡਾ ਵਧੀਆ ਕੰਮ ਚੱਲਿਆ, ਤੁਸੀਂ ਚਲਾਓ ਰਾਈਟ, ਤੁਸੀਂ ਐਵੇਂ ਸਟੇਜਾਂ ਜਾ ਕੇ ਥਾਪੀਆਂ ਮਾਰਦੇ ਹੋ, ਤੁਸੀਂ ਲੋਕਾਂ ਨੇ ਕਹਿੰਦਾ ਸਾਡੇ ਕਬੱਡੀ ਥੋੜੀ ਪਾਉਣਾ ਹੈ, ਹਾਂ ਤੁਸੀਂ ਗਾਓ ਵੀਰੇ, ਤੁਸੀਂ ਐਂਟਰਟੇਨ ਕਰੋ ਲੋਕਾਂ ਨੂੰ, ਰਾਈਟ? ਨਹੀਂ, ਪਰ ਫਿਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਹਿਣ ਯਾਰ ਇਹ ਕੰਮ ਸੂਤ ਆਪਾਂ ਵੀ ਕਰਕੇ ਦੇਖੀਏ, ਦੱਸੋ ਪਹਿਲਾਂ ਕਿੰਨਾ ਕਿੱਥੇ ਕੁ ਤੱਕ ਗਰਾਰੀ ਫਸਦੀ ਹੈ। ਬਥੇਰੀ ਫਸਦੀ ਹੈ, ਲੱਖਾਂ 'ਚ ਫਸਦੀ ਹੈ ਜੀ, ਜਦੋਂ ਫਸਣ 'ਤੇ ਆ ਜੇ, ਪਰ ਵੀ ਇਹ ਤਾਂ ਆਪਦੇ ਹਿਸਾਬ ਕਿਤਾਬ ਰੱਖਣੇ ਵੀ, ਪੈਰ ਛੱਡਣੇ ਆ ਕਿ ਨਹੀਂ ਛੱਡਣੇ। ਹੁਣ ਪੈਸਾ ਪੂਸਾ ਤਾਂ ਥੋੜ੍ਹੀ ਹੈ ਜੀ, ਕੋਈ ਸਾਰਾ ਕੁਛ ਪੈਸਾ ਥੋੜ੍ਹੀ ਹੁੰਦਾ ਜੀ ਪੈਸਾ। ਹੁਣ ਲੋਕ ਕਹਿੰਦੇ ਵੀ ਤੁਸੀਂ ਜਵਾਬ ਦਿੱਤਾ ਪਹਿਲਾਂ, ਹੁਣ ਇਹਦਾ ਵੀਰੇ ਮੈਂ ਮੇਰਾ ਕੰਮ ਲਿਖਣਾ, ਅਤੇ ਜਿਹੜੇ ਗਾਣੇ 'ਤੇ ਉਹਨੇ ਕਿਹਾ ਵੀ ਵੀ ਮੈਨੂੰ ਇੱਦਾਂ ਕਿਹਾ ਜਾਂ ਉੱਦਾਂ ਕਿਹਾ, ਉਹਦਾ ਗਾਣਾ ਮੈਂ ਲਿਖਿਆ ਵੀ ਨਹੀਂ ਸੀ, ਪਹਿਲੀ ਗੱਲ ਤਾਂ ਰਾਈਟ। ਇਹ ਤਾਂ ਹੁਣ ਐਂ ਹੋ ਗਿਆ ਵੀ ਬਿਨਾਂ ਗੱਲੋਂ ਜਾ ਕੇ ਵੀ ਮੁੱਲ ਦੀ ਲੜਾਈ ਲੈਣੀ, ਅਤੇ ਹੁਣ ਗਾਣੇ 'ਚ ਹੁਣ ਮੈਂ ਵੀ ਕਾਹਨੂੰ ਜੀ ਇੱਥੇ ਬਹਿ ਕੇ, ਤੁਹਾਨੂੰ ਪਤਾ ਹੀ ਹੈ ਬੋਲਣਾ, ਕੋਈ ਚੱਕਰ ਨਹੀਂ, ਆਪਾਂ ਬਾਈ ਨੂੰ ਜ਼ਰੂਰ ਮਿਲਾਂਗੇ, ਜੇ ਮੌਕਾ ਮਿਲਾ ਤਾਂ ਉਹਦੇ ਨਾਲ ਗਲਾ ਸ਼ਿਕਵਾ ਪੂਰਾ ਕਰਾਂਗੇ ਵੀ ਦੱਸੋ ਬਾਈ ਬੈਠ ਕੇ ਵੀ ਕੀ ਚੱਕਰ ਹੈ। ਕੰਮ ਸਾਰਿਆਂ ਨਾਲ ਕਰਾਂਗੇ, ਕੰਮ ਦੇ ਰਿਲੇਟਡ ਕੋਈ ਨਹੀਂ ਹੈਗਾ, ਪੈਸੇ ਕਰਕੇ ਨਹੀਂ ਕੰਮ ਕਰਨਾ। ਬਹੁਤ ਘੈਂਟ ਲਿਖਦਾ, ਬਹੁਤ ਵਧੀਆ ਗਾਉਂਦਾ, ਪਰ ਥੋੜ੍ਹਾ ਜਿਹਾ ਈਗੋ ਥੱਲੇ ਰਹਿਣੀ ਚਾਹੀਦੀ ਹੈ, ਬਹੁਤ ਚੱਕੀ ਫਿਰਦੇ ਜੀ ਪੈਸਾ। ਜਿਹੜਾ ਇਹਦਾ ਖਾਤਮਾ ਹੈ ਉਹ ਮੌਤ ਹੈ, ਜੇ ਤੁਸੀਂ ਵੈਲਪਣਾ ਵੀ ਕਰਦੇ ਹੋ ਜਾਂ ਕੋਈ ਵੀ ਗੱਲ, ਉਹਦਾ ਖਾਤਮਾ ਐਂਡ ਕਿੱਥੇ ਆ, ਉਹਦਾ ਐਂਡ ਮੜੀਆਂ 'ਚ ਆ ਜੀ। ਇਹ ਸਾਰਿਆਂ ਨੂੰ ਪਤਾ ਇਹਦੀ ਸੱਚਾਈ ਹੈ, ਇਹ ਸੱਚ ਕੌੜਾ ਸੱਚ ਲਾ ਲਓ, ਮਿੱਠਾ ਸੱਚ ਲਾ ਲਓ, ਪੁੱਠੇ ਕੰਮਾਂ ਦਾ ਜਾਣਾ, ਉਹਦਾ ਮਾੜੇ ਦਾ ਨਤੀਜਾ ਮਾੜਾ, ਚੰਗੇ ਦਾ ਨਤੀਜਾ ਚੰਗਾ, ਹੈ ਨਾ ਜੀ, ਇਹ ਥਿਊਰੀ ਨਾਲ ਚੱਲਦੇ ਆਏ ਹਾਂ। ਬਾਕੀ ਕਦੇ ਰੱਬ ਕਰੇ ਇਹੋ ਜਿਹਾ ਟਾਈਮ ਲਿਆ ਵੀ ਜੋ ਤੁਸੀਂ ਵੀ ਕਹੋ ਵੀ ਵਧੀਆ। ਬਿਲਕੁਲ ਬਿਲਕੁਲ ਨਹੀਂ ਰਹੀ, ਮੈਂ ਗੱਲਾਂ ਪੂਰਾ ਪੂਰਾ ਸਹਿਮਤ, ਮੈਂ ਵੀ ਨਹੀਂ ਕਹਿੰਦਾ ਵੀ ਮੈਂ ਬਹੁਤ ਵਧੀਆ ਗੀਤ ਲਿਖਦਾ, ਕੋਈ ਗੱਲ ਨਹੀਂ, ਚੰਗੇ ਮਾੜੇ ਲੋਕ ਕਮਿਊਨਿਟੀ 'ਚ ਹੁੰਦੇ ਨੇ, ਕੋਈ ਸਾਰੇ ਨਹੀਂ ਹੁੰਦੇ, ਆਪਣੀ ਮਿਹਨਤ ਕਰਕੇ ਆਏ ਸਾਰੇ, ਅਤੇ ਰਿਸਪੈਕਟ ਹੈ। ਬਿਲਕੁਲ ਸਹੀ ਗੱਲ ਹੈ ਜੀ।